ਦੋਸਤੋ ਚਲੰਦ ਮਾਮਲਿਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਅਲਬਰਟਾ ਦੀ ਪੋਲਿਟਿਕਸ ਬਾਰੇ ਡਿਸਕਸ ਕਰਨ ਜਾ ਰਹੇ ਹਾਂ ਕਿ ਕਾਫੀ ਲੰਮੇ ਸਮੇਂ ਤੋਂ ਇੱਕ ਜਿਹੜਾ ਨਾਰਾ ਹੈ ਉਹ ਬੁਲੰਦ ਹੋ ਰਿਹਾ ਹੈ, ਜਿਹਦੇ ਵਿੱਚ ਹੈ ਕਿ ਯੂਨਾਈਟ ਦੀ ਰਾਈਟ। ਖਾਸ ਕਰਕੇ ਜਿਹੜੀ PC ਪਾਰਟੀ ਅਤੇ ਵਾਈਲਡ ਰੋਜ਼ ਪਾਰਟੀਜ਼ ਨੇ ਉਹ ਆਪਸ ਵਿੱਚ ਇਕੱਠਾ ਹੋਣਾ ਚਾਹੁੰਦੀਆਂ ਨੇ। ਉਹਨਾਂ ਦੇ ਲੀਡਰਾਂ ਦੇ ਕਈ ਵਾਰੀ ਮਤਭੇਦ ਨੇ, ਲੋਕਾਂ ਦੇ ਵਿੱਚ ਜਿਹੜਾ ਹੈਗਾ ਵਿਸ਼ਾ ਚਰਚਾ ਇਹ ਚੱਲਦੀ ਰਹਿੰਦੀ ਆ ਵੀ ਉਹਨਾਂ ਨੂੰ ਕਿਉਂ ਜਿਹੜਾ ਹੈਗਾ ਯੂਨਾਈਟ ਦੀ ਰਾਈਟ ਹੋਣ ਦੀ ਜ਼ਰੂਰਤ ਆ। ਸੋ ਇਸ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਨਰੇਸ਼ ਭਾਰਦਵਾਜ ਜੀ, ਜਿਹੜੇ ਕਿ ਐਸੋਸੀਏਟ ਮਿਨਿਸਟਰ ਰਹੇ ਨੇ ਅਤੇ PC ਪਾਰਟੀ ਨੂੰ ਬਿਲੋਂਗ ਕਰਦੇ ਨੇ, ਤੁਹਾਡਾ ਧੰਨਵਾਦ ਹੈ ਜੀ ਇਸ ਸ਼ੋਅ ਦੇ। ਥੈਂਕ ਯੂ ਜੀ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਹਰਨੇਕ ਮਠਾੜੂ ਜੀ, ਜਿਹੜੇ ਕਿ ਸੋਸ਼ਲ ਐਕਟੀਵਿਸਟ ਨੇ ਅਤੇ ਪਬਲਿਕ ਇੰਟਲੈਕਚੁਅਲ ਨੇ, ਜੋ ਕਿ ਬਿਜ਼ਨਸਮੈਨ ਨੇ, ਤੁਹਾਡਾ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਸੋ ਨਰੇਸ਼ ਜੀ, ਜਿਹੜਾ ਹੈਗਾ ਤੁਹਾਨੂੰ ਸਵਾਲ ਮੈਂ ਪਹਿਲਾਂ ਕਰਦਾ ਹਾਂ ਕਿ ਇਹ ਕੀ ਜਿਹੜਾ ਹੈਗਾ ਕਾਰਨ ਬਣਿਆ ਕਿ ਯੂਨਾਈਟ ਦੀ ਰਾਈਟ ਜਿਹੜਾ ਨਾਰਾ ਹੈਗਾ ਇਹ ਬੁਲੰਦ ਹੋ ਰਿਹਾ, ਇਹਦਾ ਕੀ ਕਾਰਨ ਹੈ ਇਹਦੇ ਪਿੱਛੇ? ਦੇਖੋ, ਯੂਨਾਈਟ ਦਾ ਰਾਈਟ, ਆਈ ਡੋਂਟ ਨੋ ਵੀ ਇੱਡੀ ਵਧੀਆ ਇਹ ਟਰਮੀਨੋਲੋਜੀ ਹੈਗੀ ਆ। ਜੋ ਨਾਰਾ ਬੁਲੰਦ ਹੋ ਰਿਹਾ ਉਹ ਹੈਗਾ ਯੂਨਾਈਟ ਅਲਬਰਟਾ, ਵਿਚ ਮੀਨਸ ਵੀ ਦੋ ਲਾਈਕ ਮਾਈਂਡਡ ਬੰਦੇ ਹੈਗੇ ਆ ਜਿਹੜੇ ਕਿ ਪ੍ਰੋ ਬਿਜ਼ਨਸ ਹੈਗੇ ਆ, ਪ੍ਰੋ ਫਰੀ ਐਂਟਰਪ੍ਰਾਈਜ਼ ਸੋਚਣ ਵਾਲੀ ਬੰਦੇ ਹੈਗੇ ਆ, ਉਹਨਾਂ ਨੂੰ ਇਕੱਠਾ ਕੀਤਾ ਜਾਵੇ। ਔਰ ਜੋ ਅਲਬਰਟਾ ਦਾ ਐਡਵਾਂਟੇਜ ਸਾਨੂੰ ਲੱਗ ਰਿਹਾ ਕਿ ਪਿਛਲੇ NDP ਸਰਕਾਰ ਜਿਹੜੀ ਕਿ 17-18 ਮਹੀਨੇ ਤੋਂ ਇੱਥੇ ਰੂਲ ਕਰ ਰਹੀ ਆ, ਜੋ ਉਹਨਾਂ ਦੀਆਂ ਆਈਡੀਓਲੋਜੀਕਲ ਡਿਫਰੈਂਸਿਸ ਹੈਗੇ ਆ ਉਹ ਓਬਵੀਅਸਲੀ ਦੇ ਨੋਟ ਵੈਰੀ ਪ੍ਰੋ ਬਿਜ਼ਨਸ, ਐਟਲੀਸਟ ਜੋ ਜਿਹੜੇ ਯੂਨਾਈਟ ਅਲਬਰਟਾ ਦੇ ਅਸੀਂ ਐਡਵੋਕੇਟ ਕਰ ਰਹੇ ਹਾਂ, ਦੇ ਡੋਂਟ ਮੈਸ਼। ਸੋ ਜੇ ਆਪਾਂ ਚਲੋ ਤੁਹਾਡੀ ਗੱਲ ਮੰਨ ਵੀ ਲਈਏ, ਜਿਹੜਾ ਯੂਨਾਈਟ ਦੀ ਰਾਈਟ ਜਿਹੜਾ ਹੈਗਾ ਵੀ ਇਹ ਵਧੀਆ ਨਾਰਾ ਨਹੀਂ, ਤੁਸੀਂ ਕਹਿ ਰਹੇ ਹੋ ਕਿ ਯੂਨਾਈਟ ਦੀ ਅਲਬਰਟਾ, ਤੁਹਾਨੂੰ ਲੱਗਦਾ ਹੈਗਾ ਅਲਬਰਟਾ ਡਿਵਾਈਡਡ ਹੈਗਾ ਕਿਸੇ ਵੀ ਗੱਲ ਕਰਕੇ? ਦੇਖੋ, ਜਿਹੜੇ ਅਲਬਰਟਾ ਹੈਗਾ ਸੁਸਾਇਟੀ ਕਰਕੇ ਡਿਵਾਈਡਡ ਆ, ਜਿਹੜੇ ਦੇਰ ਆਰ ਆਲਵੇਜ ਪੋਲੀਟੀਕਲ ਆਈਡੀਓਲੋਜੀਕਲ ਡਿਫਰੈਂਸਿਸ, ਤੁਸੀਂ, ਮੈਂ, ਮਥਾਗੂ ਸਾਹਿਬ, ਹੋਰ ਵੀ ਜਿਹਨਾਂ ਨਾਲ ਆਪਾਂ ਗੱਲ ਕਰਦੇ ਹਾਂ, ਹਰ ਇੱਕ ਇਨਸਾਨ ਜਿਹੜਾ ਆਪਾਂ ਅਲਬਰਟਨ ਜਾਂ ਆਪਾਂ ਅਲਬਰਟਾ ਦੀ ਗੱਲ ਕਰਦੇ ਹਾਂ, ਅਲਬਰਟਨਸ ਹੈਗੇ ਹਾਂ, ਸਾਡੇ ਇੱਕ ਪੋਲੀਟੀਕਲ ਡਿਫਰੈਂਸਿਸ ਹੈਗੇ ਆ, ਸਾਡੀ ਇੱਕ ਆਈਡੀਓਲੋਜੀਕਲ ਡਿਫਰੈਂਸਿਸ ਹੈਗੇ ਆ। ਸੋ ਜੋ ਫੋਰ ਦ ਮੈਨੀ 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 ਈਅਰਸ, ਸਾਨੂੰ ਵੀ ਹੁਣ 40-41 ਸਾਲ ਇੱਥੇ ਰਹਿੰਦਿਆਂ ਹੋ ਗਏ ਆ, ਜੋ ਅਸੀਂ ਦੇਖਦੇ ਹਾਂ ਅਲਬਰਟਨਸ ਫੋਰ ਦਾ ਮੋਸਟ ਪਾਰਟ ਆਰ ਵੈਰੀ ਮੱਚ ਫਰੀ ਐਂਟਰਪ੍ਰਾਈਜ਼ਿੰਗ, ਵੀ ਸਾਨੂੰ ਓਪਰਚੁਨਿਟੀਆਂ ਮਿਲਣੀਆਂ ਚਾਹੀਦੀਆਂ, ਵੀ ਆਰ ਗੋ ਗੈਟਰਸ, ਸਾਨੂੰ ਓਪਰਚੁਨਿਟੀ ਮਿਲੇ, ਵੀ ਵਾਂਟ ਗਵਰਨਮੈਂਟ ਟੂ ਗੈਟ ਆਊਟ ਆਫ ਅਵਰ ਵੇ, ਗਿਵ ਅਸ ਦੀ ਓਪਰਚੁਨਿਟੀ ਐਂਡ ਵੀ ਕੈਨ ਮੇਕ ਐਂਡ ਮੀਟ ਐਂਡ ਐਕਸੈਲ। ਚਲੋ, ਆਪਣੇ ਮਠਾੜੂ ਸਾਹਿਬ, ਜਿਹੜਾ ਹੈਗਾ ਤੁਸੀਂ ਇਹਨਾਂ ਦੀ ਗੱਲ ਨਾਲ ਕਿੰਨਾ ਕੁ ਸਹਿਮਤ ਹੈਗੇ ਹੋ? ਕਿਉਂਕਿ ਜਿਹੜੀ NDP ਸਰਕਾਰ ਆ ਪਿਛਲੇ ਜਿਹੜਾ ਹੈਗਾ 17-18 ਮਹੀਨੇ ਤੋਂ ਰਾਜ ਕਰ ਰਹੀ ਆ, ਤੁਹਾਨੂੰ ਕੀ ਲੱਗਿਆ ਕਿ ਜਿਹੜਾ ਜੋ ਕੁਛ ਇਹ ਕਹਿ ਰਹੇ ਹੈਗੇ ਆ ਵੀ ਉਹਦੇ ਵਿੱਚ ਜਿਹੜੀ ਕਰੰਟ ਸਰਕਾਰ ਆ ਉਹ ਕੀ ਮਾੜਾ ਕਰ ਰਹੀ ਆ, ਕੀ ਵਧੀਆ ਕਰ ਰਹੀ ਆ, ਜਾਂ ਜਿਹੜਾ ਹੈਗਾ ਵੀ ਜਿਵੇਂ ਅਲਬਰਟਾ ਯੂਨਾਈਟਡ ਹੈਗਾ ਕਿਸ ਤਰੀਕੇ ਨਾਲ ਹੋਣਾ ਚਾਹੀਦਾ, ਜਿਵੇਂ ਖਾਸ ਕਰਕੇ ਓਇਲ ਐਂਡ ਗੈਸ ਦਾ ਸਾਡੇ ਜਿਹੜੇ ਰਿਸੋਰਸਿਸ ਨੇ ਉਹ ਸੇਮ ਨੇ, ਹਾਂਜੀ, ਜਿਹੜਾ ਇੱਥੋਂ ਦਾ ਬਿਜ਼ਨਸ ਮਾਡਲ ਹੈਗਾ ਉਹ ਵੀ ਸੇਮ ਹੈਗਾ, ਜਿਹੜੀ ਥੋੜ੍ਹੀ ਬਹੁਤੀ ਤੁਹਾਡੀ ਆਈਡੀਆਲੋਜੀਕਲ ਅਪਰੋਚ ਆ ਜਾਂ ਜਿਹੜਾ ਹੈਗਾ ਤੁਹਾਡੀ ਬਿਜ਼ਨਸ ਪ੍ਰਤੀ ਅਪਰੋਚ ਆ ਉਹਦੇ ਵਿੱਚ ਥੋੜ੍ਹਾ ਬਹੁਤਾ ਫਰਕ ਹੋ ਸਕਦਾ ਹੈਗਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਭਾਰਦਵਾਜ ਸਾਹਿਬ ਨੇ ਚੰਗੀ ਗੱਲ ਕਹੀ ਹੈ ਜੀ, ਇਹਨਾਂ ਦੇ ਪਰ ਜਿਹੜੇ ਆਂਸਰ ਦੇ ਪੋਲੀਟੀਕਲ ਆਂਸਰ ਹੈ ਜ਼ਿਆਦਾ, ਠੀਕ ਹੈ, ਕਿਉਂਕਿ ਇਹ ਚਾਹੇ ਆਪਾਂ ਯੂਨਾਈਟ ਦਾ ਰਾਈਟ ਕਹੋ ਚਾਹੇ ਆਪਾਂ ਯੂਨਾਈਟ ਅਲਬਰਟਾ ਕਹੋ, ਬੋਟਮ ਲਾਈਨ ਕੀ ਹੈਗੀ ਵੀ ਜਿਹੜੀ ਪਾਰਟੀ ਨੇ 43 ਸਾਲ ਅਲਬਰਟਾ ਦੇ ਵਿੱਚ ਰੂਲ ਕੀਤਾ, ਠੀਕ ਹੈ, 18 ਮਹੀਨੇ ਪਹਿਲਾਂ ਉਸ ਪਾਰਟੀ ਦੀ ਡਿਫੀਟ ਹੋਈ, ਠੀਕ ਹੈ, ਉਹਦੇ ਪਿੱਛੇ ਵੱਡਾ ਕਾਰਨ ਸੀ ਜਿਹੜੀ ਅਲਬਰਟਾ ਦੀ ਇਕਾਨਮੀ ਆਇਲ ਬੇਸਡ ਹੈਗੀ, ਆਇਲ ਦਾ ਜਿਹੜਾ ਕੰਟਰੋਲ ਹੈ ਪ੍ਰਾਈਸਿਸ ਦਾ, ਸਪਲਾਈ ਐਂਡ ਡਿਮਾਂਡ ਦਾ, ਉਹ ਕਿਤੇ ਬਾਹਰ ਬੈਠਿਆ ਹੈਗਾ, ਠੀਕ ਹੈ। ਇਸ ਕਰਕੇ ਉਹ ਜਿਹੜੀ ਹਾਰ ਹੋਈ ਹੈਗੀ ਉਸ ਪਾਰਟੀ ਦੀ, PC ਪਾਰਟੀ ਦੀ 43 ਸਾਲ ਤੋਂ ਰੂਲ ਕਰਨ ਵਾਲੀ ਦੀ, ਉਹਦਾ ਵੱਡਾ ਕਾਰਨ ਇਹ ਸੀ ਵੀ ਉਸ ਪਾਰਟੀ ਦੇ ਵਿੱਚ ਫੁੱਟ ਪੈ ਗਈ ਸੀ ਆਪਸ 'ਚ, ਉਹਦੇ ਦੋ ਗਰੁੱਪ ਬਣ ਚੁੱਕੇ ਸੀ, ਉਹ ਦੋ ਗਰੁੱਪ ਜਿਹੜੇ ਬਣੇ ਹੈਗੇ ਅਗਰ ਉਹਨਾਂ ਦੀਆਂ ਉਸ ਉਹਨਾਂ ਇਲੈਕਸ਼ਨਾਂ ਦਾ ਜਿਹੜਾ ਵੋਟ ਕਾਊਂਟ ਦੇਖੀਏ ਨਾ ਕਰਕੇ, ਉਹਨਾਂ ਦੋਵਾਂ ਦਾ ਮਿਲਾ ਕੇ NDP ਤੋਂ ਜ਼ਿਆਦਾ ਹੋ ਜਾਂਦਾ, ਠੀਕ ਹੈ। ਇਸ ਕਰਕੇ NDP ਦੀ ਜਿੱਤ ਉਹਨਾਂ ਦੀ ਫੁੱਟ ਕਰਕੇ ਹੋਈ ਹੈ। ਅੱਜ ਚਾਹੇ ਆਪਾਂ ਉਹਨੂੰ ਕੋਈ ਵੀ ਟਾਈਟਲ ਦੇ ਦਈਏ, ਕੋਈ ਵੀ ਸਲੋਗਨ ਦੇ ਦਈਏ, ਪਰ ਬੋਟਮ ਲਾਈਨ ਇਹ ਹੈਗੀ ਵੀ ਅਗਰ ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵਾਲੀ ਗੌਰਮੈਂਟ ਚਾਹੁੰਦੇ ਆ ਤਾਂ ਦੋਵੇਂ ਗਰੁੱਪਾਂ ਨੂੰ ਯੂਨਾਈਟ ਹੋਣਾ ਪਏਗਾ, ਉਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਦੇਖੋ ਮਥਾੜੂ ਸਾਹਿਬ, ਜਿਹੜਾ ਹਾਰਨ ਦੇ ਸਿਰਫ ਔਰ ਸਿਰਫ ਫੁੱਟ ਹੀ ਨਹੀਂ ਕਾਰਨ ਹੈਗੇ, 43 ਸਾਲਾਂ ਤੋਂ ਬਾਅਦ PC ਸਰਕਾਰ ਨੇ ਨਾ ਜੀ, ਦੇ ਲੋਸਟ ਟੱਚ ਵਿਦ ਐਵਰੇਜ ਵੋਟ, ਕਿਉਂਕਿ ਮੈਂ 2004 ਦੇ ਵਿੱਚ ਇਲੈਕਸ਼ਨ ਹਾਰਿਆ ਵੀ ਹਾਂ, 2008 ਦੇ ਵਿੱਚ ਜਿੱਤੇ ਹਾਂ, 2012 ਦੇ ਵਿੱਚ ਜਿੱਤੇ ਹਾਂ। ਜਦੋਂ ਤੁਸੀਂ ਗਰਾਸ ਰੂਟਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਨਾ ਜੀ, ਯੂ ਬਿਕਮ ਇੰਟਾਈਟਲਡ। ਸੋ ਭਾਰਦਵਾਜ ਜੀ, ਤੁਹਾਨੂੰ ਲੱਗਦਾ ਹੈਗਾ ਵੀ ਜਿਹੜਾ PC ਸੀਗੀ ਪਾਰਟੀ ਉਹਨਾਂ ਦਾ ਗਰਾਸ ਰੂਟ ਨਾਲ ਟੁੱਟਣਾ ਜਿਹੜਾ ਸ਼ੁਰੂ ਹੋ ਗਿਆ ਸੀ, ਸੋ ਜਿਹੜਾ ਹੈਗਾ ਉਹਨਾਂ ਨੂੰ ਹਾਰ ਦਾ ਮੂੰਹ ਕਰਨ ਦੇਖਣਾ ਪਿਆ, ਪਰ ਤੁਹਾਨੂੰ ਲੱਗਦਾ ਹੈਗਾ ਵੀ ਜਿਹੜੇ PC ਦੇ ਵਿੱਚ ਲੋਕ ਰਹਿੰਦੇ ਸੀਗੇ ਉਹ ਜਿਹੜਾ ਹੈਗਾ ਵਰਲਡ ਰੋਜ਼ ਦੇ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਗਏ ਸੀ, ਜਿੰਨਾ ਵੀ ਜਿਹੜਾ ਰੂਰਲ ਅਲਬਰਟਾ ਹੈਗਾ ਉੱਥੇ ਵਰਲਡ ਰੋਜ਼ ਜਿਹੜੀ ਹੈਗੀ ਸਟਰੋਂਗ ਰਹੀ ਹੈ। ਸੋ ਜਿਹੜਾ ਡਿਫਰੈਂਸ ਹੈਗਾ ਆਈਡੀਓਲੋਜੀਕਲ ਡਿਫਰੈਂਸ ਈਵਨ PC ਦਾ ਵਰਲਡ ਰੋਜ਼ ਦੇ ਨਾਲ,
ਜਾਂ ਦੋਹਾਂ ਪਾਰਟੀਆਂ ਦਾ NDP ਦੇ ਨਾਲ ਉਹ ਤਾਂ ਹੈਗਾ, ਪਰ ਚੱਕਰ ਇਹ ਹੈਗਾ ਕਿ ਹੁਣ ਜਿਹੜੀ ਦੋਹਾਂ ਦੀ ਮਰਜ਼ਰ ਆ, ਜਿਹੜੀ ਦੋਹਾਂ ਦੇ ਵਿੱਚੋਂ ਜਿਹੜਾ ਡਿਫਰੈਂਸ ਸੀਗਾ ਉਹ ਡਿਫਰੈਂਸ ਜਿਹੜਾ ਖਤਮ ਹੋ ਜੂਗਾ? ਦੇਖੋ, ਜਿਹੜਾ ਟਰਮ ਆਪਾਂ ਮਰਜ਼ਰ ਯੂਜ਼ ਕਰਦੇ ਹਾਂ ਨਾ ਜੀ, ਇਟਸ ਨਾਟ ਅ ਮਰਜ਼ਰ ਆਫ ਅ ਪੀਸੀ ਐਂਡ ਅ ਵਾਲਰੂ, ਇਸ ਮੈਰਿਜ ਔਰ ਸਮਥਿੰਗ, ਨੋ ਇਟਸ ਨਾਟ ਅ ਮੈਰਿਜ, ਇਟਸ ਨਾਟ ਅ ਮਰਜ਼ਰ। ਵਟ ਇਟ ਇਜ਼ ਇਜ਼ ਜਦੋਂ ਤੁਸੀਂ ਇੱਕ ਨਵੀਂ ਪਾਰਟੀ ਕ੍ਰੀਏਟ ਕਰਨੀ ਹੈ ਨਾ ਜੀ, ਦੈਨ ਪੀਪਲ ਆਰ ਟ੍ਰੀਟਡ ਇਕੁਅਲਸ। ਜਿਹੜੇ ਵਾਲਰੋਜ਼ ਦੇ ਮੈਂਬਰਸ ਆ, ਪੀਸੀ ਪਾਰਟੀ ਦੇ ਮੈਂਬਰਸ ਆ, ਐਂਡ ਦੇਰ ਆਰ ਮੈਨੀ ਅਦਰ ਅਲਬਰਟਨਸ ਜਿਹੜੇ ਕਿਸੇ ਪਾਰਟੀ ਦੇ ਵੀ ਮੈਂਬਰ ਨਹੀਂ ਹੈਗੇ, ਬਟ ਦੇ ਡੂ ਬਿਲੀਵ ਇਨ ਫਰੀ ਐਂਟਰਪ੍ਰਾਈਜ਼ ਅਲਬਰਟਨ। ਉਹਨਾਂ ਦੇ ਨਾਲ ਹਰ ਬੰਦੇ ਨੂੰ ਇੱਕ ਓਪਰਚੁਨਿਟੀ ਮਿਲੇਗੀ ਬਈ ਤੁਸੀਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਜੇਸਨ ਕੈਨੀ ਰਨ ਕਰ ਰਿਹਾ ਪੀਸੀ ਪਾਰਟੀ ਦੀ ਲੀਡਰਸ਼ਿਪ ਲਈ, ਹੋਰ ਵੀ ਬੰਦੇ ਕਰ ਰਹੇ ਆ। ਉਹਦੀ ਮੈਂਡੇਟ ਆ ਨੰਬਰ 1 ਬਈ ਮੈਂ ਪਹਿਲਾਂ ਤਾਂ 18 ਮਾਰਚ ਨੂੰ ਜਿਹੜੀ ਲੀਡਰਸ਼ਿਪ ਆ ਉਹ ਜਿੱਤਣੀ। ਦੈਨ ਸੈਕੰਡ ਜਿਹੜਾ ਉਹਦਾ ਹੈਗਾ ਵੀ ਅਸੀਂ ਜਿਹੜਾ ਵਰਲਡ ਰੋਜ਼ ਦਾ ਲੀਡਰ ਹੈਗਾ ਬ੍ਰਾਇਨ ਜੀ, ਉਹਦੇ ਨਾਲ ਮੀਟਿੰਗ ਕੀਤੀ ਜਾਵੇ ਬਈ ਤੁਸੀਂ ਇੰਟਰਸਟਡ ਵੀ ਹੈਗੇ ਆ ਇੱਕ ਨਵੀਂ ਪਾਰਟੀ ਕ੍ਰੀਏਟ ਕਰ। ਇਹ ਜਿਹੜੀ 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 ਮਰਜ਼ਰ ਆਪਾਂ ਕਰ ਹੋ ਰਹੀ ਆ, ਇਹ ਜਿਹੜਾ ਹੈਗਾ ਪ੍ਰਿੰਸੀਪਲ ਬੇਸ 'ਤੇ ਹੋ ਰਹੀ ਆ ਅਤੇ ਪ੍ਰੋਸੀਜਰਲ ਤੌਰ 'ਤੇ ਹੋ ਰਹੀ ਆ? ਐਬਸਲੂਟਲੀ। ਜਿਹੜੇ ਬੰਦੇ ਇਸ ਗੱਲ ਦੇ ਵਿੱਚ ਫਰੀ ਐਂਟਰਪ੍ਰਾਈਜ਼ ਅਲਬਰਟਾ ਦੇ ਵਿੱਚ ਇਕਨੋਮਿਕਲੀ ਇਸ ਗੱਲ ਦੇ ਵਿੱਚ ਫੰਡਾਮੈਂਟਲੀ ਬਿਲੀਵ ਕਰਦੇ ਆ ਕਿ ਸਾਨੂੰ ਪਬਲਿਕ ਨੂੰ ਇੰਪਾਵਰ ਕਰਨਾ ਚਾਹੀਦਾ, ਵੀ ਗਿਵ ਇਮ ਦ ਟੂਲਸ ਟੂ ਬੀ ਸਕਸੈਸਫੁਲ, ਉਹਨਾਂ ਨੂੰ ਸਾਨੂੰ ਟੂਲਸ ਦੇਣੇ ਚਾਹੀਦੇ ਆ ਕਿ ਉਹ ਲਾਈਫ ਦੇ ਵਿੱਚ ਸਕਸੈਸਫੁਲ, ਨਾ ਕਿ ਹੈਂਡ ਆਊਟਸ ਦੇਣੀਆਂ ਚਾਹੀਦੀਆਂ। ਜਿਹੜੀ ਗੱਲ ਇਹ ਕਹਿ ਰਹੇ ਨੇ, ਜਿਵੇਂ ਖਾਸ ਕਰਕੇ ਜਿਹੜਾ ਹੈਗਾ ਵੀ ਪੀਸੀ ਪਾਰਟੀ ਨੇ ਇੱਕ ਹੈਰੀਟੇਜ ਫੰਡ ਕ੍ਰੀਏਟ ਕੀਤਾ ਸੀਗਾ ਅਤੇ ਅਲਬਰਟਾ ਕੋਲ ਐਡੇ ਵੱਡੇ ਰਿਸੋਰਸ ਰਹੇ ਨੇ, ਪਿਛਲੇ 43 ਸਾਲ ਦੇ ਵਿੱਚ ਜਿਹੜਾ ਉਹ ਫੰਡ ਸੀਗਾ ਉਹ ਕੋਈ ਉਹ ਵੈਲਿਊ ਜ਼ਿਆਦਾ ਵਧੀ ਨਹੀਂ ਹੈਗੀ। ਤਾਂ ਮੈਨੂੰ ਲੱਗਦਾ ਹੈਗਾ ਵੀ ਜਿਵੇਂ ਸੋਸ਼ਲ ਜਿਹੜੀ ਆਪਾਂ ਸੁਸਾਇਟੀ ਦੀ ਗੱਲ ਕਰਦੇ ਹਾਂ ਅਤੇ ਫਰੀ ਐਂਟਰਪ੍ਰਾਈਜ਼ ਦੀ ਗੱਲ ਕਰਦੇ ਹਾਂ ਕਿ ਵਾਕਈ ਜਿਹੜਾ ਹੈਗਾ ਇਕੋਨਮੀ ਦਾ ਮਾਡਲ ਤਾਂ ਫਰੀ ਐਂਟਰਪ੍ਰਾਈਜ਼ ਹੀ ਹੈ ਇੱਥੇ ਵੀ, ਉਹ NDP ਦੇ ਆਉਣ ਨਾਲ ਕੋਈ ਬਦਲਿਆ ਨਹੀਂ ਹੈਗਾ। ਜਿਵੇਂ ਹੁਣ ਓਇਲ ਦੀ ਗੱਲ ਹੋ ਰਹੀ ਆ, ਓਇਲ ਐਂਡ ਗੈਸ ਦੀ ਗੱਲ ਹੋ ਰਹੀ ਆ, ਪਾਈਪਲਾਈਨਾਂ ਦੀ ਗੱਲ ਹੋ ਰਹੀ ਆ, ਜਿਹੜੀ ਡਾਇਵਰਸੀਫਿਕੇਸ਼ਨ ਇਕੋਨਮੀ ਦੀ ਗੱਲ ਕਰ ਰਹੀ ਹੈ NDP, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਹੜੇ ਪ੍ਰੋਗਰੈਸਿਵ ਕੰਸਰਵੇਟਿਵ ਦੇ ਨਾਲ ਜਿਹੜੀ NDP ਕਿੱਦਾਂ ਸਟੈਂਡ ਆਊਟ ਕਰਦੀ ਆ? ਦੇਖੋ, ਪਹਿਲੀ ਤਾਂ ਗੱਲ ਇਹ ਹੈਗੀ ਵੀ ਕਿਸੇ ਵੀ ਪਾਰਟੀ ਦੀ ਗੌਰਮੈਂਟ, ਚਾਹੇ ਉਹ ਵੱਡੀ ਦੇਵਤੇ ਕਿਉਂ ਨਾ ਹੋਣ, ਬਹੁਤਾ ਲੰਬਾ ਸਮਾਂ ਨਹੀਂ ਰਹਿਣ ਦੇਣਾ ਚਾਹੀਦਾ ਡੈਮੋਕ੍ਰੇਸੀ ਦੇ ਵਿੱਚ। ਚੇਂਜ ਆਉਣੀ ਬੜੀ ਗੁੱਡ ਹੈਗੀ, ਕਿਉਂਕਿ ਜਦੋਂ ਚੇਂਜ ਨਹੀਂ ਆਉਂਦੀ ਉਹ ਬੰਦੇ ਰਿਪੀਟਡਲੀ ਪਾਵਰ ਦੇ ਵਿੱਚ ਆਉਂਦੇ ਹੈਗੇ ਤਾਂ ਉਹ ਇੰਟਾਈਟਲਮੈਂਟ ਦਾ ਇਸ਼ੂ ਸ਼ੁਰੂ ਹੋ ਜਾਂਦਾ, ਆਪਣੇ ਆਪ ਨੂੰ ਬਣਾ ਲੈਂਦੇ ਹੈਗੇ ਵੀ ਇਹ ਸਾਡਾ ਹੱਕ ਹੈਗਾ। ਉਹਨਾਂ ਦੇ ਆਲੇ ਦੁਆਲੇ ਇੱਕ ਇਹੋ ਜਿਹਾ ਸਰਕਲ ਖੜਾ ਹੋ ਜਾਂਦਾ ਲੋਕਾਂ ਦਾ ਜਿਹੜੇ ਬੈਨੀਫਿਸ਼ਰੀ ਹੁੰਦੇ ਸਿਸਟਮ ਦੇ, ਇਸ ਕਰਕੇ ਉਸ ਪਾਰਟੀ ਨੂੰ ਉਹਦੇ ਵਿੱਚੋਂ ਨਿਕਲਣ ਦੇ ਬਾਵਜੂਦ ਵੀ, ਚੋਣ ਦੇ ਬਾਵਜੂਦ ਵੀ ਨਿਕਲ ਨਹੀਂ ਦਿੰਦੇ ਹੈਗੇ। ਇਹੀ ਕੰਮ ਅਸੀਂ ਅਲਬਰਟਾ ਦੇ ਵਿੱਚ ਦੇਖਿਆ ਹੈਗਾ। ਅਤੇ ਬਾਕੀ ਰਹੀ ਗੱਲ NDP ਦੀ ਗੌਰਮੈਂਟ ਦੀ, ਪਿਛਲੇ 18 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਦੇ ਇਕਨੋਮਿਕ ਕੰਡੀਸ਼ਨਾਂ ਹੈਗੀਆਂ, ਜਿਹੇ ਜਿਹੇ ਹਾਲਾਤ ਬਣੇ, ਉਸ ਦੇ ਬਾਵਜੂਦ ਵੀ ਉਹਨਾਂ ਨੇ ਸਾਰੀ ਇੰਡਸਟਰੀ ਨੂੰ, ਔਰ ਸੈਕਟਰ ਨੂੰ ਨਾਲ ਲੈ ਕੇ ਚੱਲਿਆ, ਕਾਰਬਨ ਟੈਕਸ ਦੀ ਪੋਲਿਸੀ ਲੈ ਕੇ ਆਏ ਹੈਗੇ। ਬੇਸ਼ੱਕ ਅਪੋਜੀਸ਼ਨ ਦਾ ਹਮੇਸ਼ਾ ਹੀ ਰੌਲਾ ਪਾਉਣਾ ਹੁੰਦਾ ਹੈਗਾ ਵੀ ਹਾਂ ਇਹ ਨਹੀਂ ਠੀਕ ਹੈ, ਨਹੀਂ ਗਲਤ ਹੈ, ਪਰ ਉਹਨਾਂ ਨੇ ਬੜੇ ਪ੍ਰੋਪਰ ਤਰੀਕੇ ਨਾਲ ਮੈਨੇਜ ਕਰੀ ਹੈ ਇਕੋਨਮੀ 1.5 ਸਾਲ ਦੇ ਵਿੱਚ, ਡਿਸਪਾਈਟ ਦ ਫੈਕਟ ਵੀ ਉਹਨਾਂ ਦੇ ਆਪਣੇ ਕੰਟਰੋਲ ਤੋਂ ਬਾਹਰ ਸੀ ਸਾਰਾ ਕੁਛ ਇਹ। ਇੱਕ ਮੈਂ ਜਿਹੜਾ ਹੈਗਾ ਕੋਮਨ ਜਿਹੜਾ ਹੈਗਾ ਸਵਾਲ ਤੁਹਾਨੂੰ ਦੋਵਾਂ ਨੂੰ ਕਰਨਾ ਚਾਹੁੰਦਾ ਹੈਗਾ ਵੀ ਇੱਕ ਤਾਂ ਹੈਗਾ ਪ੍ਰੋਪੋਗੰਡਾ ਵੀ ਤੁਸੀਂ ਲੋਕਾਂ ਨੂੰ ਨਾਲ ਲਾਉਣਾ ਹੈਗਾ ਆਪਣਾ ਸਤਾ ਹਾਸਲ ਕਰਨ ਦੇ ਲਈ, ਇੱਕ ਹੈਗਾ ਕਿ ਗਰਾਊਂਡ ਰਿਐਲਿਟੀ ਕੀ ਹੈਗੀ, ਠੀਕ ਹੈ? ਸੋ ਜਿਹੜੀ ਗਰਾਊਂਡ ਰਿਐਲਿਟੀ ਹੈਗੀ ਆ ਉਹ ਤਾਂ ਇਹ ਹੈਗਾ ਕਿ ਜਿਹੜਾ ਬਿਜ਼ਨਸ ਆ ਉਹਦੇ ਵਿੱਚ, ਜਿਹੜਾ ਭਾਵੇਂ ਅਲਬਰਟਾ ਦੇ ਵਿੱਚ PC ਸਰਕਾਰ ਹੁੰਦੀ ਭਾਵੇਂ NDP ਸਰਕਾਰ ਹੈਗੀ ਆ, ਉਹਨਾਂ ਦਾ ਕੋਈ ਐਡਾ ਵੱਡਾ ਦੋਸ਼ ਨਹੀਂ ਹੈਗਾ, ਕਿਉਂਕਿ ਜਿਹੜੀਆਂ ਓਇਲ ਐਂਡ ਗੈਸ ਦੀਆਂ ਪ੍ਰਾਈਸਿਸ ਨੇ ਉਹ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਬੰਨੀਆਂ ਹੋਈਆਂ। ਦੂਜੀ ਗੱਲ ਹੈਗੀ ਆ ਕਿ ਅਲਬਰਟਾ ਦੇ ਕੋਲ ਐਡਾ ਵੱਡਾ ਇਨਫਰਾਸਟ੍ਰਕਚਰ ਹੈ ਨਹੀਂ ਜਿਹਦੇ ਨਾਲ ਜਿਹੜਾ ਹੈਗਾ ਵੀ ਉਹ ਆਪਣਾ ਤੇਲ ਨੂੰ ਇੰਡੀਪੈਂਡੈਂਟਲੀ ਤੌਰ 'ਤੇ ਵੇਚ ਸਕੇ, ਠੀਕ ਆ? ਸੋ ਇਸ ਸੰਬੰਧ ਦੇ ਵਿੱਚ ਕੀ ਜਿਹੜਾ ਹੈਗਾ ਜਿਹੜੀ ਮਰਜ਼ਰ ਹੈਗੀ ਆ ਇਹ ਸਤਾ ਹਾਸਲ ਕਰਨ ਤੱਕ ਹੀ ਸੀਮਿਤ ਹੈਗੀ ਆ? ਦਲਵੀਰ ਜੀ, ਜਿਹੜੀ ਗਵਰਨਮੈਂਟ ਦੀ ਪ੍ਰਾਇਮਰੀ ਰਿਸਪੋਂਸੀਬਿਲਿਟੀ ਆ ਨਾ ਜੀ, ਟੂ ਕ੍ਰੀਏਟ ਐਨ ਈਕੋ ਸਿਸਟਮ ਜਿਹੜਾ ਕਿ ਬਿਜ਼ਨਸ ਫਰੈਂਡਲੀ ਹੋਵੇ, ਠੀਕ ਹੈ? ਗਵਰਨਮੈਂਟ ਦੀ ਇਹ ਜੋਬ ਨਹੀਂ ਹੈਗੀ ਵੀ ਜੋਬਾਂ ਕ੍ਰੀਏਟ ਕਰੋ, ਜੋਬ ਦੀ ਗਵਰਨਮੈਂਟ ਦੀ ਜੋਬ ਹੈਗੀ ਆ ਵੀ ਤੁਸੀਂ ਇੱਕ ਸਟੇਬਲ ਇਨਵਾਇਰਮੈਂਟ ਕ੍ਰੀਏਟ ਕਰੋ। ਜਿਹੜੀਆਂ ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਓਇਲ ਐਂਡ ਗੈਸ ਦੀ ਗੱਲ ਕਰਤੀ, ਜੇ PC ਸਰਕਾਰ ਹੁੰਦੀ ਕੀ ਡਿਫਰੈਂਟ ਹੁੰਦਾ? ਮੇ ਬੀ ਨੋਟ, ਕਿਉਂਕਿ ਇਟਸ ਗਲੋਬਲ, ਠੀਕ ਹੈ ਨਾ? ਪਰ PC ਸਰਕਾਰ ਇੱਕ ਤੁਹਾਨੂੰ ਸਟੇਬਿਲਿਟੀ ਦੇਊਗਾ ਵੀ ਨੈਕਸਟ ਜੇ ਤੁਸੀਂ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਇਨਵੈਸਟ ਕਰ ਰਹੇ ਹਾਂ ਵੀ ਤੁਹਾਡਾ ਨੈਕਸਟ 30 ਸਾਲ ਦੇ ਵਿੱਚ ਦਿਸ ਇਜ਼ ਗੋਇੰਗ ਟੂ ਬੀ ਦੀ ਇਨਵਾਇਰਮੈਂਟ ਜਿਹੜਾ ਕਿ ਤੁਹਾਨੂੰ ਆਪਣੇ ਮਨੀ ਮੇਕ ਕਰਨ ਦੇ ਲਈ, ਇਨਵੈਸਟਮੈਂਟ ਰਿਟਰੈਕਟ ਕਰਨ ਦੇ ਲਈ ਤੁਹਾਡੀ ਹੋਏਗੀ। ਇੱਕ ਗੱਲ ਤੁਹਾਨੂੰ ਮੈਂ ਪੁੱਛਣੀ ਚਾਹੁੰਦਾ ਅਗੇਨ, ਜਿਹੜਾ ਇੱਕ ਤਾਂ ਹੈਗਾ ਨਾਰਾ ਦੇਣਾ, ਇੱਕ ਜਿਹੜਾ ਹੈਗਾ ਕਿ ਜਿਹੜੀ ਸ਼ੈਡੋ ਗਵਰਨਮੈਂਟ ਆ, ਲੈਟਸ ਸੇ ਵੀ PC ਮਰਜਰ ਹੋ ਜਾਂਦੀ ਆ, ਤਾਂ ਮਰਜਰ ਦੇ ਵਿੱਚ ਕੀ ਕਰਨਾ ਚਾਹੁੰਦੇ ਆ ਕਿ ਲੋਕਾਂ ਕੋਲ ਜਿਹੜੀ ਸੋਲਿਡ ਪਲਾਨ ਕੀ ਹੈਗੀ ਆ, ਇਹ ਕੋਈ ਅੱਜ ਤੱਕ ਪਾਰਟੀ ਨੇ ਤਿਆਰ ਕੀਤੀ ਆ? ਦੇਖੋ, ਹਾਲੇ ਤੱਕ ਤਾਂ ਉੱਥੇ ਤੱਕ ਪਹੁੰਚੋ ਹੀ ਨਹੀਂ ਵੀ ਜੇ ਅਸੀਂ ਕਹੀਏ ਵੀ ਇੱਕ ਪਾਰਟੀ ਬਣ ਗਈ, ਹਾਲੇ ਤੱਕ ਬਣੀ ਨਹੀਂ।
18 तरीक तो बाद कॉन्वर्सेशन स्टार्ट होएगी। मैं नहीं कहता भी भी उन्होंने जोड़िया सोशल पॉलिसीज या रोंग या सू लोगों को हेल्प नहीं करनी चाहिए, आई वुड नेवर से दैट, पर हर बंद जिन्हों हेल्प की लड़ा वी मस्ट हेल्प दम, पर स्टेबल जी बिजनेस एनवायरमेंट है ना जी, वह अगर तुम कह रो फैडरली देख लो कंजरवेटिव सरकार रही है, उतो पे लिबरल सरकार रही है, पॉल मार्टिन रहा, वेरी प्रो बिजनेस। जो तुम क्रिएट कर देना जी एक एनवायरमेंट इन्वेस्टर कॉन्फिडेंस जरा ना जी, जिन्ना चक्कर तुम उस स्टेबिलिटी नहीं, अज तुम कह रहे हैं $30 का असी कार्बन टैक्स लाता, वह की आ इज एट अ सोशल लाइसेंस भी असी भी सू पाइपलाइन की अपरूवल मिली, नॉट रियली। जे अगर आप गल कर रहे हैं भाई डिवर्सिफिकेशन की, असं डिवर्सिफिकेशन पीसी सरकार ने इन्ने साल 44 साल रहे की ने, ओ एग्री दैट्स वन ऑफ द रीजन, जो एक टाइम आ गया लोग कहते भी भाई दे नीड्स टू बी ए चेंज। तो अच्छा जरा लास्ट सवाल है, तुम मैं पूछना चाहना कि जिमें पहला जिम प्रेंटिस होने एक सीनियर कैबिनेट मिनिस्टर से आके उन्होंने अलबर्टा की पॉलिटिक्स के प्रोविंशियल पॉलिटिक्स के अपना हाथ जमाया, इस तरह ही हूँ जेसन कैनी होनी बड़े सीनियर कैबिनेट मिनिस्टर रहे हैं, कई पोजिशन पर रहे हैं, हूँ वो आके जो है उस तरह का जो है अपना हाथ जमा लगे आ, ये की कारण हैगा कि जेडे फैडरल दे पोलीटिशन से प्रोविंस की पोलीटिक्स के आके की आना चाहते हैं? देखो फैडरल दे विच जे थोड़ी जॉब नहीं रही तो हुण नेचुरली तुसीं अग्गे देखणा कि अग्गे थोड़ी जॉब किथे, ही हैड अ जॉब एक्चुअली 20 साल दा हो गया, बहुत वापस खले 20 साल होर रह सकता। चलो देखो नॉट अ मैटर ऑफ जॉब, मतलब देखो इथे उहनां नूं अपॉर्चुनिटी ज्यादा चंगी लगदी हैगी, इथे उहनां नूं पॉसिबिलिटी, अज तां अनएम्प्लॉयड है ना, कल नूं पॉसिबिलिटी है ना, पॉसिबिलिटी है ना, स्पेकुलेशन ही है ना, हो सकदा ना सरकार बने पीसी दी। चलो खैर चलो वो टाइम दसेगा, पर अखीर मैं कहना चाहना है भी अपनी NDP की सरकार ने वो करके दिखा दिता जेड़ा पिछली 43 साल की PC सरकार ने फैडरल गवर्नमेंट दे विच जेड़ी देखो दो पाइपलाइन अप्रूव की अप्रूव हुई सी, तुहानू लगदा भी 18 महीने च जिहड़ियां इन्ने सालां दी अप्रूव चल रहा प्रोसैस उन्होंने एक्सपेडाइट करके 18 महीने च लिया के तुहाडे सामने रख दित्ता? NDP दी गवर्नमेंट ने अपने वल्लों उह स्टैप चुके हैगे जिन्हां करके फैडरल गवर्नमेंट दे विच कॉन्फिडेंस पैदा होया भी हां वाकई फैडरल गवर्नमेंट दा तां देयर बटिंग हेड्स, उह तां तो जां लीप मैनिफेस्टो उहनां दा पढ़ के देख लो, इह तां जिहड़ा टॉमस मल्केयर अज वी तुहानू कह रिहा ही इज ऑन रैकर्ड अलबर्टा दे विच उन्हां दी जिहड़ी इत्थे कॉन्फ्रेंस हुई आ ही इज ऑन रैकर्ड, इन्हां दे अपने बंदे NDP दे जिहड़ा कि हुण इहदे अरे मैं अपने कन्नां नाल सुणिया नो मोर अप्रूवल टू द टार सैंड्स, हाउ ऑल ऑफ अ सडन तुहाडा दिल किदां बदल गया जी, तुसीं एंटी फॉसल फ्यूल्स हमेशा ही तुसीं फाइट कीती आ, ਮੈਂ ਰੇਚਲ ਨੋਟਲ ਨੂੰ ਆਪ ਸੁਣਿਆ, ਬ੍ਰਾਇਨ ਬੇਸ ਨੂੰ ਸੁਣਿਆ, ਜਿਹੜਾ ਪੋਲੀਟੀਸ਼ੀਅਨ ਆਪਣੀਆਂ ਲੋਕਲ ਕੰਡੀਸ਼ਨ ਨੂੰ ਆਪਣੇ ਸਟੇਟ ਦੀਆਂ ਕੰਡੀਸ਼ਨ ਨੂੰ ਦੇਖ ਕੇ ਫੈਸਲੇ ਨਹੀਂ ਕਰਦਾ ਉਹ ਇਰੈਲੇਵੈਂਟ ਹੋ ਜਾਂਦਾ, ਨਹੀਂ ਨਹੀਂ ਫਿਰ ਇਰੈਲੇਵੈਂਟ ਹੋ ਜਾਂਦਾ, NDP ਆਪਣੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਇਹਨਾਂ ਨੂੰ ਪਤਾ ਅਲਬਰਟਾ ਦੀ ਇਕਨੋਮੀ ਤੇਲ ਦੇ ਉੱਤੇ ਡਿਪੈਂਡ ਹੈ, ਜਿਹੜਾ ਕਰੰਟ ਐਜੂਕੇਸ਼ਨ ਮਿਨਿਸਟਰ ਹੈ ਜੀ ਕੀਤੇ ਸਹੀ ਕੀਤੇ ਤੁਸੀਂ, ਅੱਜ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਨਾ ਇਹਦੀ ਪਿਛਲੇ ਰਿਕਾਰਡ ਕੱਢ ਕੇ ਦੇਖ ਲਓ, ਨੋ ਮੋਰ ਅਪਰੂਵਲਸ ਟੂ ਦ ਟਾਰ ਸੈਂਸ, ਯੂ ਨੋ ਲਿੰਡਾ ਡੰਕਨ ਦਾ ਦੇਖ ਲਓ ਤੁਸੀਂ, ਇਹਨਾਂ ਸਾਰਿਆਂ ਦਾ ਦੇਖ ਲਓ, ਬਾਕੀ ਵਿਚਾਰੇ ਕਈ ਤਾਂ ਨਵੇਂ ਆ ਉਹਨਾਂ ਵਿਚਾਰਿਆਂ ਨੂੰ ਨਹੀਂ ਇੱਦਾਂ ਹੈਗਾ, ਉਹਨਾਂ ਨਹੀਂ ਆਏ, ਪਰ ਦੇ ਵਰ ਲਾਈਮਲਾਈਟ ਫੋਰ ਮੈਨੀ ਇਅਰਸ। ਇਹ ਸੀਗਾ ਕਿ ਇਹ ਸੀ ਇਹ ਵਿਚਾਰ ਜਿਹੜੇ ਹੈਗੇ ਆ ਜਿਹੜੀ ਅਲਬਰਟਾ ਦੀ ਜੋ ਸਿਆਸਤ ਗਰਮਾ ਰਹੀ ਆ ਉਹਦੇ ਵਿੱਚ ਤੁਸੀਂ ਦੇਖ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਪਾਰਟੀਆਂ ਨੇ ਰੋਲ ਅਦਾ ਕਰਨਗੀਆਂ ਜਾਂ ਜਿਹੜਾ ਉਹਨਾਂ ਦੀ ਅਪਰੋਚ ਹੈਗੀ ਆ ਬਿਜ਼ਨਸ ਪ੍ਰਤੀ, ਰਾਜ ਕਰਨ ਪ੍ਰਤੀ ਜਾਂ ਸਤਾ ਹਾਸਲ ਕਰਨ ਦੇ ਲਈ। ਸੋ ਵੱਡੇ ਵੱਡੇ ਜਿਹੜੇ ਮਿਨਿਸਟਰ ਨੇ ਉਹ ਹੁਣ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਆ ਰਹੇ ਨੇ, ਸੋ ਦੇਖਦੇ ਹਾਂ ਅੱਗੇ ਵਾਸਤੇ ਕੀ ਹੋਏਗਾ। ਅਤੇ ਇਸ ਦੇ ਨਾਲ ਹੀ ਤੁਹਾਡਾ ਜੀ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ, ਮਠਾੜੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ।